स्पीकर ऑफ कर। ओके, लेट्स स्टार्ट कर दें अपन स्टार्ट। चलो एक थोड़ा जहा रिवीजन है, तुहानू याद है भी आपां कोडिंग डिकोडिंग चैप्टर स्टार्ट कीता सी, याद है? कोई ओदी प्रैक्टिस करन दी कोशिश कीती है भी किस तरह दे क्वेश्चन हुंदे है? देखो उस दिन वांगू फिर यही कहूंगा, आपां इनू इंटरेक्टिव सेशन बनाना है। ये ना हो आपां की एक बोरिंग क्लास दे वांगू इनू लेके चलिए, क्योंकि समझ तां ही आना है जे आपां इहदे विच इनवॉल्व होवांगे, अदरवाइज समझ नहीं आना है। एक गल आपां उस दिन भी शायद डिस्कस कीती सी, है ना? ते एक बारी चैट बॉक्स दस दियो जिन्हें किसी ने कोई क्वेश्चन की प्रैक्टिस की है, कोई एक दो क्वेश्चन भी ट्राई किए हैं तो हाँ जी सर, कितने से? हाँ हो रहे हैं, किसी जी सर, और ने किए हैं? क्योंकि तो आप जिदा जिदा क्वेश्चन अगे जाना है ना, नवे नवे पैटर्न दिखने हैं सानू। मैं फिर तो यही कह रहा हैं, कोई लिमिट नहीं है कोई किसी भी पैटर्न की, ये साडे दिमाग का ही सोचना बनेगा भी असं कितने तक सोच सकते हैं किसी क्वेश्चन। जिदा अज मैं थोड़ा कोडिंग डिकोडिंग का एक क्वेश्चन कराऊंगा, उस दिन असी याद है आप आ चीज़ा गो थ्रू किया, जिन्हों जिन्हों याद होएगा एक बार मैं फुल स्क्रीन शेयर कर देना थोड़े न। हम शायद तुहानू स्क्रीन फुल विजिबल होएगी, ते उहदे च आपां आ वाले पैटर्न कीते सी, याद है भी उहदी नंबरिंग की हैगी है, ते उस तों बाद उहदा रिवर्स ऑर्डर भी कीता सी। मैं तुहानू इहदे कोई शॉर्टकट भी दस्से सीगे कि इधरों इधर आपां किद्दां लर्न कर सकदे आ, ते इधरों इधर किद्दां, ते इन्हां दोनों दे विच किद्दां असीं जिहड़े रिलेशन आ उह जस्टिफाई कर सकदे आ। आ सारियां चीज़ां आपां उस दिन कीतियां सी, ते आपां दो क्वेश्चन भी सॉल्व कीते सी। एक क्वेश्चन आपणा आ वाला सीगा जिहड़ा सॉल्व कर लिया सी असीं, जिहदे च प्लस टू वाला पैटर्न लगा सी, ते एक ए वाला क्वेश्चन सी जिहदे विच आपां एक रिवर्सल वाली लाई सी। अगर तुहानू याद होए आपां इहनू इदां लिखिया सी, ते इहदे विच जिहड़ी कोडिंग लगी सी उह इदां लगी सी, जिहड़ा प्लस वन हो रहा सी इहदे च, आई होप, या माइनस वन हो रहा सी, सॉरी माइनस वन नॉट प्लस, याद है? हाँ जी सर, यस सर। ਇਹ ਵਾਲਾ ਕੁਐਸਚਨ ਹੈ, ਮੈਨੂੰ ਇਹ ਕਰਕੇ ਦਿਖਾਓ ਵੀ ਇਹਦੇ ਚ ਕੀ ਪੈਟਰਨ ਲੱਗਾ ਹੋਇਆ ਤੇ ਇਹਦਾ ਆਂਸਰ ਕੀ ਬਣੇਗਾ। ਚਾਰ ਆਪਸ਼ਨ ਤੁਹਾਡੇ ਸਾਹਮਣੇ ਆ, ਮੈਂ ਤੁਹਾਨੂੰ 2 ਮਿੰਟ ਦਾ ਟਾਈਮ ਦੇ ਰਿਹਾ, ਕਰਕੇ ਦਿਖਾਓ ਇਹਨੂੰ ਡੀਕੋਡ, ਤੇ ਬਾਅਦ ਚੋਂ ਕੋਡਿੰਗ ਕਰਕੇ ਦਿਖਾਓ, ਦੱਸੋ ਕਿਹੜਾ ਆਂਸਰ ਸਹੀ ਹੈ ABCD ਚੋਂ। ਚਲੋ ਇਹ ਥੋੜਾ ਜਿਹਾ ਤੁਹਾਡਾ ਰਿਵੀਜ਼ਨ ਹੋ ਜਾਏਗਾ, ਤੁਹਾਨੂੰ ਯਾਦ ਆਏਗਾ ਤੁਸੀਂ ਉਸ ਦਿਨ ਕੀ ਕੀਤਾ ਸੀ। ਦੇਖੋ ਮੈਂ ਫਿਰ ਕਹਿ ਰਿਹਾ, ਕੋਡਿੰਗ ਕਿਸੇ ਵੀ ਪੈਟਰਨ ਦੀ ਹੋ ਸਕਦੀ ਹੈ, ਤੁਹਾਡੇ ਦਿਮਾਗ ਨੇ ਜ਼ੋਰ ਲਾਣਾ ਹੈ। ਦੇਖੋ ਕਰਕੇ ਇਹਨੂੰ ਕਿੱਥੇ ਤੱਕ ਪਹੁੰਚਦੇ ਹੋ। ਕਿਸੇ ਨੂੰ ਕੋਈ ਆਈਡੀਆ ਆਇਆ ਵੀ ਕੀ ਕੀਤਾ ਹੋਇਆ?
ਧਿਆਨ ਨਾਲ ਵੇਖੋ ਕੁਸ਼ਚਨ ਨੂੰ। ਐਨੀ ਆਈਡੀਆ? ਆਂਸਰ ਜ਼ਰੂਰ ਕਰੋ, ਨਹੀਂ ਵੀ ਪਤਾ ਲੱਗਾ ਤਾਂ ਵੀ ਕਰੋ, ਕੋਈ ਚੱਕਰ ਨਹੀਂ ਹੈ। ਆਈਡੀਆ ਡੀ ਆਪਸ਼ਨ। ਵੈਲ ਡਨ ਅੰਸ਼ਿਤਾ ਰਾਜਪੂਤ ਐਂਡ ਮੁਸਕਾਨ ਕੌਰ, ਵੈਲ ਡਨ। ਇਹ ਇਹ ਡੀਕੋਡਿੰਗ ਕੋਈ ਕੋਈ ਕਰ ਸਕਦਾ ਸੀ, ਇਹਦੇ ਵਿੱਚ ਐਕਚੁਅਲੀ ਕੁਛ ਨਹੀਂ ਸੀਗਾ ਇਸ ਕੁਐਸਚਨ 'ਚ। ਵੈਲ ਡਨ, ਤੁਸੀਂ ਦੋਨਾਂ ਨੇ ਕੀਤੀ ਹੈ। ਦੇਖੋ ਆਪਣੇ ਕੋਲ ਵਰਡ ਲਿਖਿਆ ਬੋਂਬੇ, ਠੀਕ ਹੈ, ਔਰ ਬੋਂਬੇ ਨੂੰ ਕੋਡ ਕੀਤਾ ਗਿਆ ਹੈ MY MY ਤੇ MY। ਇਹਦੇ 'ਚ ਸਭ ਤੋਂ ਇੰਪੋਰਟੈਂਟ ਗੱਲ ਇਹ ਸੀ ਜੋ ਸਾਡੇ ਮਾਇੰਡ 'ਚ ਪਹਿਲਾਂ ਚੱਲਦੀ ਹੈ ਕਿਸੇ ਵੀ ਕੋਡਿੰਗ ਡੀਕੋਡਿੰਗ ਕੁਐਸਚਨ ਨੂੰ ਲੈ ਕੇ, ਕਿ ਇਹ ਵਾਲੀ ਜਿਹੜੀ ਕੋਡਿੰਗ ਕੀਤੀ ਹੈ ਵੀ ਆਪਾਂ ਹਮੇਸ਼ਾ ਪਹਿਲਾਂ ਜਾਂਦੇ ਹਾਂ ਬੀ ਤੇ ਐਮ ਦੇ ਵਿੱਚ ਕਿੰਨਾ ਗੈਪ ਹੈ, ਓ ਤੇ ਵਾਈ ਦੇ ਵਿੱਚ ਕਿੰਨਾ ਗੈਪ ਹੈ। ਪਰ ਇਹ ਸਾਨੂੰ ਕੁਐਸਚਨ 'ਚ ਦੇਖਣ 'ਚ ਪਤਾ ਚੱਲਿਆ ਕਿ ਉਹ ਰੈਪੀਟੇਸ਼ਨ ਹੈ ਐਲਫਾਬੈਟਸ ਦਾ, MY MY MY। ਇਹਦਾ ਮਤਲਬ ਇਹ ਕਿ ਕੋਈ ਸਪੈਸ਼ਲ ਹੀ ਤਰ੍ਹਾਂ ਦੀ ਕੋਡਿੰਗ ਇਹਦੇ 'ਚ ਕੀਤੀ ਗਈ ਹੈ, ਕੋਈ ਪੈਟਰਨ ਹੀ ਹੈ ਜਿਹੜਾ ਸਿੱਧਾ ਲਗਾਇਆ ਗਿਆ। ਇੱਦਾਂ ਦੇ ਕੁਐਸਚਨ 'ਚ ਇੱਕ ਚੀਜ਼ ਬਹੁਤ ਜ਼ਰੂਰੀ ਹੈ, ਉਹ ਹੈ ਇਹਨਾਂ ਦੇ ਐਲਫਾਬੈਟ ਦਾ ਕਾਊਂਟ, ਕਿੰਨੇ ਐਲਫਾਬੈਟ ਯੂਜ਼ ਕੀਤੇ ਇਹਨਾਂ ਨੇ, 6। ਤੇ ਕੋਡਿੰਗ ਵੀ ਦੇਖੋ 6 ਦੀ ਹੋਈ ਹੈ, ਇਹਦਾ ਮਤਲਬ ਪੈਟਰਨ ਉਹਨੇ ਦਾ ਹੀ ਹੈ। ਇਹਦਾ ਮਤਲਬ ਜਦੋਂ ਅਸੀਂ ਤਾਮਿਲਨਾਡੂ ਦੀ ਕਰਨੀ ਹੈ, 5 ਏ ਤੇ 4 ਏ, ਟੋਟਲ 9 ਜਿਹੜੇ ਆਪਸ਼ਨ ਹੋਣੇ ਚਾਹੀਦੇ ਉਹ 9 ਵਾਲੇ ਹੋਣੇ ਚਾਹੀਦੇ ਆ, ਤੇ ਆਪਣੇ ਕੋਲ ਸਾਰੇ ਆਪਸ਼ਨ ਦੇਖੋ 9 ਵਾਲੇ ਹੀ ਹੈ। ਇਹ ਵੀ 9 ਹੈ, ਇਹ ਵੀ 9 ਹੈ, ਇਹ ਵੀ ਸਾਰੇ 9 ਹੈ, ਇਹ ਵੀ 9 ਹੈ। ਇਹਦਾ ਮਤਲਬ ਚਾਰਾਂ 'ਚੋਂ ਕੋਈ ਵੀ ਆਂਸਰ ਸਹੀ ਹੋ ਸਕਦਾ। ਫਿਰ ਆਪਾਂ ਦੇਖਿਆ ਕਿ ਐਮ ਵਾਈ ਜਿਹੜਾ ਇਹਨਾਂ ਨੇ ਚੱਕਿਆ, ਐਮ ਇਹਦੇ 'ਚ ਵੀ ਹੈਗਾ, ਵਾਈ ਇਹਦੇ 'ਚ ਵੀ ਹੈਗਾ, ਮਤਲਬ ਹੋ ਸਕਦਾ ਵੀ ਇਹਨਾਂ ਨੇ ਐਮ ਤੇ ਵਾਈ ਇਹ ਚੱਕਿਆ ਹੋਇਆ, ਆਪਾਂ ਲਿਖ ਲਿਆ। ਫਿਰ ਉਹਨੂੰ ਰਿਪੀਟ ਕਰਤਾ, ਉਹਨੂੰ ਰਿਪੀਟ ਕਰਤਾ, ਮਤਲਬ ਇਹਨੇ ਚੱਕਿਆ ਇੱਕ ਥਰਡ ਲੈਟਰ, ਇੱਕ ਚੱਕਿਆ ਸਿਕਸਥ ਲੈਟਰ। ਇਸੇ ਹਿਸਾਬ ਨਾਲ ਅਗਰ ਅਸੀਂ ਕੋਡਿੰਗ ਤਾਮਿਲਨਾਡੂ 'ਚ ਲਈਏ ਤੇ ਇਹਦਾ ਥਰਡ ਲੈਟਰ ਹੈ ਐਮ ਤੇ ਇਹਦਾ ਸਿਕਸਥ ਲੈਟਰ ਕੀ ਹੈ, ਐਨ। ਪਰ ਇਹਦੇ ਹਿਸਾਬ ਨਾਲ ਐਮ ਐਨ, ਇਹਦਾ ਮਤਲਬ ਆਪਾਂ ਨੂੰ ਇੱਕ ਹੋਰ ਚਾਹੀਦਾ ਕਿਉਂਕਿ ਐਮ ਐਨ ਸਾਡੇ ਕੋਲ ਆਪਸ਼ਨ 'ਚ ਹੈਗਾ, ਪਰ ਨਾਲ ਯੂ ਵੀ ਹੈ। ਇਹਦਾ ਮਤਲਬ ਥਰਡ ਸਿਕਸ ਦੇ ਨਾਲ ਉਹਨੇ ਨਾਲ ਕਿਹੜਾ ਚੱਕਿਆ, ਯੂ। ਫਿਰ ਉਹਨੂੰ 3 ਵਾਰੀ ਰਿਪੀਟ ਕਰਤਾ ਉਹਨੇ, ਕਿਉਂਕਿ ਉਹ 'ਚ 6 ਸੀ ਤਾਂ 2-2 ਦਾ ਪੈਟਰਨ 3 ਵਾਰੀ ਰਿਪੀਟ ਕੀਤਾ, ਇਹਦੇ 'ਚ 9 ਹੈ ਤੇ ਇਸ ਕਰਕੇ ਉਹਨੇ 3-3 ਵਾਲਾ ਪੈਟਰਨ 3 ਵਾਰੀ ਰਿਪੀਟ ਕੀਤਾ, ਤੇ ਇਹਦੀ ਜਿਹੜਾ ਜਿਹੜਾ ਆਂਸਰ ਬਣਿਆ ਉਹ MNU MNU ਤੇ MNU ਬਣਿਆ। ਆਇਆ ਸਮਝ? ਆਇਆ ਸਮਝ? ਕਿਸੇ ਨੂੰ ਇਸ ਕੁਐਸਚਨ 'ਚ ਕੋਈ ਡਾਊਟ ਹੈ ਤਾਂ ਪਲੀਜ਼ ਦੱਸੋ। ਅਗਰ ਤੁਹਾਨੂੰ ਕਲੀਅਰ ਹੈ ਸਾਰਿਆਂ ਨੂੰ, ਚੈਟ ਬਾਕਸ ਇੱਕ ਵਾਰੀ ਲਾਈਕ ਵਾਲਾ ਜਿਹੜਾ ਇਮੋਜੀ ਹੈ ਨਾ ਉਹ ਭੇਜ ਦਿਓ, ਮੈਨੂੰ ਆਈਡੀਆ ਆ ਜਾਏਗਾ ਵੀ ਸਭ ਨੂੰ ਕਲੀਅਰ ਹੋ ਗਿਆ, ਤਾਂ ਕਿ ਆਪਾਂ ਨੈਕਸਟ ਕੁਐਸਚਨ ਤੇ ਵਧੀਏ। ਇਹ ਠੀਕ ਹੈ, ਇਹਦੇ ਨਾਲ ਆਈਡੀਆ ਹੋ ਜਾਂਦਾ, ਬਹੁਤ ਵਧੀਆ। ਹੁਣ
ਆਈ ਥਿੰਕ ਤੁਹਾਡੇ ਇੱਕ ਜਿਹੜਾ ਕੋਡਿੰਗ ਡੀਕੋਡਿੰਗ ਦਾ ਬਾਕਸ ਹੈ ਉਹਦੇ 'ਚ ਇੱਕ ਐਲੀਮੈਂਟ ਹੋਰ ਜੁੜ ਗਿਆ ਵੀ ਇੱਦਾਂ ਦੀ ਕੋਡਿੰਗ ਵੀ ਹੋ ਸਕਦੀ ਹੈ। ਤੁਸੀਂ ਤਿੰਨ ਕੁਐਸਚਨ ਕੀਤੇ, ਤਿੰਨੋਂ ਹੀ ਅਲੱਗ ਅਲੱਗ ਸੀ, ਇਹਦਾ ਮਤਲਬ ਤੁਸੀਂ ਆਪਣੇ ਬਾਕਸ ਦੇ ਵਿੱਚ ਨਾ ਉਹ ਐਲੀਮੈਂਟਸ ਇਕੱਠੇ ਕਰਦੇ ਪਏ ਹੋ ਜਿਹੜੇ ਤੁਹਾਨੂੰ ਕਦੀ ਵੀ ਕਿਸੇ ਵੀ ਕੁਐਸਚਨ 'ਚ ਅਪਲਾਈ ਕਰਨੇ ਪੈ ਸਕਦੇ ਆ। ਤੁਸੀਂ ਅੱਜ ਤੱਕ ਇਹ ਸਿੱਖਿਆ ਕਿ ਕੋਡਿੰਗ ਡੀਕੋਡਿੰਗ ਦੇ ਕੁਐਸਚਨ ਦੇ ਵਿੱਚ ਡਾਇਰੈਕਟ ਕੋਡਿੰਗ ਵੀ ਹੋ ਸਕਦੀ ਹੈ, ਇਨਡਾਇਰੈਕਟ ਵੀ ਹੋ ਸਕਦੀ ਹੈ, ਔਰ ਇਸ ਤਰ੍ਹਾਂ ਦਾ ਕੁਛ ਵੀ ਹੋ ਸਕਦਾ। ਮਤਲਬ ਇਹ ਤਿੰਨੋਂ ਚੀਜ਼ਾਂ ਤੁਹਾਡੇ ਮਾਇੰਡ 'ਚ ਹਮੇਸ਼ਾ ਰਹਿਣਗੀਆਂ ਜਦੋਂ ਕੋਡਿੰਗ ਡੀਕੋਡਿੰਗ ਕਰੋਗੇ। ਇਹਦੇ 'ਚ ਹੋਰ ਚੀਜ਼ਾਂ ਐਡ ਹੋਣਗੀਆਂ ਹਾਲੇ, ਲੇਕਿਨ ਆਪਾਂ ਨੂੰ ਜਿੰਨੇ ਜ਼ਿਆਦਾ ਐਲੀਮੈਂਟ ਸਾਡੇ ਕੋਲ ਇਕੱਠੇ ਹੋ ਜਾਣਗੇ, ਜਿੰਨੇ ਤਰ੍ਹਾਂ ਦੇ ਪੈਟਰਨ ਅਸੀਂ ਦੇਖੇ ਹੋਣਗੇ, ਓਨਾ ਹੀ ਸੌਖਾ ਹੋਏਗਾ ਸਾਡੇ ਲਈ ਕਿਸੇ ਵੀ ਕੁਐਸਚਨ ਨੂੰ ਕਰਨਾ, ਕਿਉਂਕਿ ਸਾਡੇ ਅੱਖਾਂ ਦੇ ਸਾਹਮਣੇ ਹਰ ਚੀਜ਼ ਨਿਕਲੀ ਹੋਣੀ ਚਾਹੀਦੀ ਹੈ। ਕਰੋਗੇ ਕੁਐਸਚਨ ਐਕਸਟਰਾ ਇੱਕ? ਹਾਂਜੀ ਸਰ। ਯੈਸ ਸਰ। ਅੱਛਾ ਠੀਕ ਹੈ, ਮੈਂ ਕੁਐਸਚਨ ਦੇ ਰਿਹਾ, ਜ਼ਰਾ ਉਹਨੂੰ ਟਰਾਈ ਕਰੋ। ਆ ਕਰੋ, ਹੁਣ ਜਿੰਨੇ ਤੁਸੀਂ ਕੀਤੇ ਸੀ ਨਾ ਹਾਲੇ ਪੈਟਰਨ ਲਾਏ ਸੀ, ਤਿੰਨੋਂ ਲਾ ਕੇ ਦੇਖੋ ਕਿਹੜਾ ਲੱਗਦਾ ਇਹਦੇ 'ਚ, ਮੈਨੂੰ ਇਹਦਾ ਆਨਸਰ ਦੱਸੋ, ਜਾਂ ਉਸ ਤੋਂ ਇਲਾਵਾ ਕੁਛ ਲੱਗਦਾ ਤੇ ਉਹ ਵੀ। ਇੱਕ ਆਨਸਰ ਆਇਆ, ਆਪਸ਼ਨ ਸੀ। ਏ ਸੀ ਆਪਸ਼ਨ ਆਨਸਰ ਹੈ। ਵੈਲ ਡਨ, ਬੰਨੇ ਸ਼ੁਰੂ ਹੋਏ ਆ ਕੁਐਸਚਨ, ਚੈੱਕ ਕਰਦੇ ਆ ਟੁਗੈਦਰ। ਨੂੰ ਕੋਡ ਕੀਤਾ ਗਿਆ ਆਰ ਕਿਊ ਈ ਜੀ ਆਰ ਜੇ ਸੀ ਟੀ, ਠੀਕ ਹੈ, ਤੇ ਕੀ ਕੋਡਿੰਗ ਚੱਲ ਰਹੀ ਹੈ ਇਹਦੇ 'ਚ, ਕੀ ਕੋਡਿੰਗ ਚੱਲ ਰਹੀ ਹੈ? ਇੱਕ ਵਾਰੀ ਮਾਈਨਸ ਇੱਕ ਵਾਰੀ ਪਲੱਸ। ਮਤਲਬ ਜਦੋਂ ਤੁਸੀਂ ਇਹ ਤਿੰਨ ਤਰ੍ਹਾਂ ਦੇ ਪਹਿਲੇ ਕੁਐਸਚਨ ਕਰ ਲਏ, ਉਹਨਾਂ ਤੁਹਾਨੂੰ ਪੈਟਰਨ ਪਤਾ ਚੱਲੇ, ਉਹ ਪੈਟਰਨ ਤੁਸੀਂ ਵਾਰੀ ਵਾਰੀ ਜਦੋਂ ਲਗਾਉਣੇ ਸ਼ੁਰੂ ਕੀਤੇ ਤਾਂ ਕੋਈ ਨਾ ਕੋਈ ਜ਼ਰੂਰ ਲੱਗੇਗਾ, ਠੀਕ ਹੈ। ਇੱਥੇ ਤੁਸੀਂ ਸਾਫ਼ ਦੇਖ ਸਕਦੇ ਹੋ ਟੀ ਤੇ ਆਰ, ਟੀ ਤੇ ਆਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਤੁਹਾਨੂੰ ਪਿੱਛੇ ਜਾਣਾ ਪੈ ਰਿਹਾ, ਕਿੰਨਾ ਪਿੱਛੇ ਜਾਣਾ ਪੈ ਰਿਹਾ, ਮਾਈਨਸ ਟੂ, ਹੈ ਨਾ, ਮਾਈਨਸ ਟੂ, ਮਤਲਬ ਇਹਦੇ ਵਿੱਚ ਹੈਗੀ ਹੈ ਮਾਈਨਸ ਟੂ ਕੋਡਿੰਗ, ਠੀਕ ਹੈ। ਲਗਾਉਂਦੇ ਹਾਂ, ਅੱਗੇ ਜਾ ਰਹੇ ਹਾਂ, ਓ ਕਿਊ, ਓ ਕਿਊ ਦੇ ਵਿੱਚ ਹੈਗਾ ਪਲੱਸ ਟੂ, ਠੀਕ ਹੈ, ਪੈਟਰਨ ਹੈ ਮਾਈਨਸ ਟੂ ਪਲੱਸ ਟੂ। ਜੀ ਈ, ਵਾਪਸ ਤੋਂ ਮਾਈਨਸ ਟੂ, ਈ ਜੀ, ਵਾਪਸ ਤੋਂ ਪਲੱਸ ਟੂ, ਦਿਖ ਗਿਆ ਪੈਟਰਨ। ਕਨਫਰਮ ਕਰਨ ਲਈ ਤੁਸੀਂ ਦੇਖ ਸਕਦੇ ਹੋ ਟੀ ਤੇ ਆਰ ਦੇ ਵਿੱਚ ਫਿਰ ਮਾਈਨਸ ਟੂ, ਐਚ ਜੇ ਦੇ ਵਿੱਚ ਫਿਰ ਪਲੱਸ ਟੂ, ਮਤਲਬ ਅਲਟਰਨੇਟ ਪੈਟਰਨ ਲੱਗਾ, ਇੱਕ ਹੋਰ ਨਵਾਂ ਪੈਟਰਨ। ਪਰ ਇਹ ਚਲੋ ਆਪਾਂ ਕੰਸੀਡਰ ਕਰ ਸਕਦੇ ਹਾਂ ਪਹਿਲੇ ਵਾਂਗੂ ਹੀ ਹੈ, ਕਿਉਂਕਿ ਵਿੱਚ ਤਾਂ ਕਈ ਸਾਰੇ ਪੈਟਰਨ ਬਣ ਸਕਦੇ ਆ, ਹੈ ਨਾ, ਪਰ ਪਤਾ ਲੱਗ ਗਿਆ ਕਿ
ਇਹ ਤਿੰਨ ਤਰ੍ਹਾਂ ਦੇ ਆਪਣੇ ਕੋਲ ਐਲਫਾਬੈਟ ਕੋਡਿੰਗ ਹੁੰਦੀ ਹੈ ਤੇ ਹੁਣ ਆਪਾਂ ਅਗਲਾ ਕਿਹਦਾ ਕਰਨਾ ਹੈ, ਆਪਾਂ ਕੋਡਿੰਗ ਕਿਹਦੀ ਕਰਨੀ ਹੈ ਪੈਰੋਲ ਦੀ, ਇਹਦਾ ਮਤਲਬ ਆਪਾਂ ਸਾਰੇ ਨਹੀਂ ਕਰਨੇ। ਜਿਸ ਤੱਕ ਸਾਨੂੰ ਆਂਸਰ ਮਿਲ ਗਿਆ ਪੀ, ਮਤਲਬ ਪਹਿਲਾਂ ਅਸੀਂ -2 ਜਾਣਾ, ਪੀ ਤੋਂ ਪਿਛਲੇ 2 ਦੇਖੋ ਐਨ, ਮਤਲਬ ਆਂਸਰ ਸਟਾਰਟ ਹੋਏਗਾ ਐਨ ਤੋਂ। ਅਗਰ ਆਂਸਰ ਐਨ ਤੋਂ ਸਟਾਰਟ ਹੋਏਗਾ ਇਹਦਾ ਮਤਲਬ ਬੀ ਤੇ ਏ ਪਹਿਲੇ ਰੇਸ ਤੋਂ ਬਾਹਰ ਹੈ, ਠੀਕ ਹੈ। ਏ ਏ ਤੋਂ ਅਗਲਾ ਪਲੱਸ 2 ਸੀ ਆਏਗਾ, ਮਤਲਬ ਦੂਜਾ ਸੀ ਆਏਗਾ, ਇਹ ਚ ਵੀ ਸੀ ਹੈ, ਠੀਕ ਹੈ। ਮਤਲਬ ਥਰਡ ਵਾਲੇ ਤੋਂ ਪਤਾ ਚੱਲ ਜਾਏਗਾ। ਆਰ ਆਰ ਤੋਂ -2 ਜਾਵਾਂਗੇ ਪੀ ਆਏਗਾ, ਮਤਲਬ ਐਨ ਸੀ ਪੀ ਵਾਲਾ ਆਂਸਰ ਹੋਣਾ ਚਾਹੀਦਾ ਇਹਦਾ, ਇਹਦਾ ਮਤਲਬ ਡੀ ਵੀ ਆਊਟ ਆਫ ਦਾ ਰੇਸ ਹੋ ਗਿਆ। ਹੁਣ ਆਪਸ਼ਨ ਸੀ ਇਸ ਦਾ ਕਰੈਕਟ। ਕਿਸੇ ਨੂੰ ਕੋਈ ਡਾਊਟ ਹੈ ਪਲੀਜ਼ ਪੁੱਛਿਓ ਇਸ ਕੁਐਸਚਨ ਚ। ਨਹੀਂ ਸਰ, ਕਲੀਅਰ ਸਾਰਿਆਂ ਨੂੰ? ਹਾਂਜੀ ਸਰ, ਪੈਟਰਨ ਪਤਾ ਲੱਗੇ ਕੋਡਿੰਗ ਦੀ। ਕੋਡਿੰਗ ਦੇ ਚਲਦੇ ਹਾਂ ਅੱਗੇ, ਸੈਕਿੰਡ ਟਾਈਪ ਤੇ ਆ ਗਏ ਆਪਾਂ, ਨੰਬਰ ਕੋਡਿੰਗ। ਪਹਿਲਾਂ ਆਪਾਂ ਸਾਰੀਆਂ ਬੇਸਿਕ ਇੱਕ ਵਾਰੀ ਕਰ ਲੈਣੀਆਂ, ਫਿਰ ਆਪਾਂ ਇਹਦੇ ਪ੍ਰੈਕਟਿਸ ਚ ਹੋਰ ਕੁਐਸਚਨ ਲਿਆਵਾਂਗੇ, ਠੀਕ ਹੈ। ਪਹਿਲਾਂ ਅਸੀਂ ਬੇਸਿਕ ਸਮਝ ਲਈਏ ਸਾਰਿਆਂ ਦਾ। ਅਗਲਾ ਸਾਡਾ ਹੈਗਾ ਨੰਬਰ ਕੋਡਿੰਗ, ਇਹ ਸਭ ਤੋਂ ਆਸਾਨ ਵਾਲੀ ਕੋਡਿੰਗ ਹੈ। ਅਗਰ ਤੁਹਾਨੂੰ ਪੇਪਰ 'ਚ ਇਹਦਾ ਕੁਐਸਚਨ ਆ ਜਾਏ, ਇਹਦਾ ਮਤਲਬ ਇਹ ਹੈ ਕਿ ਕਿਸਮਤ ਤੁਹਾਡੀ ਬਹੁਤ ਵਧੀਆ ਹੈ, ਅਗਰ ਤੁਹਾਨੂੰ ਇਹਦਾ ਆ ਜਾਏ ਕੁਐਸਚਨ। ਕਿਉਂਕਿ ਇਹ ਕੁਐਸਚਨ ਕਰਨੇ ਬੜੇ ਆਸਾਨ ਹੈ। ਕਿਉਂ ਆਸਾਨ ਹੈ ਦੇਖੋ, ਇਹਨਾਂ ਨੇ ਲਿਖਿਆ ਕਿ 20 ਨੂੰ, 20 ਦਾ ਕੋਡ ਅਸੀਂ ਆਹ ਬਣਾਉਂਦੇ ਹਾਂ, 11 ਦਾ ਕੋਡ ਅਸੀਂ ਆਹ ਬਣਾਉਂਦੇ ਹਾਂ, ਤੇ ਇਹ ਵਾਲੀ ਕੋਡਿੰਗ ਨੂੰ ਯੂਜ਼ ਕਰਕੇ ਦੱਸੋ 12 ਦਾ ਕੋਡ ਕੀ ਬਣੇਗਾ। ਨੰਬਰ ਕੋਡਿੰਗ ਦੇ ਵਿੱਚ ਨਾ ਹਮੇਸ਼ਾ 2 ਤਰ੍ਹਾਂ ਦੇ ਕੁਐਸਚਨ ਹੈ, ਇਹਨੂੰ ਜ਼ਰਾ ਨੋਟ ਕਰਿਓ। ਪਹਿਲੀ ਟਾਈਪ ਹੈਗੀ ਹੈ ਵੈਨ ਆਲ ਦਾ ਲੈਟਰਸ ਆਰ ਅਵੇਲੇਬਲ, ਤੇ ਸੈਕਿੰਡ ਟਾਈਪ ਹੈਗੀ ਹੈ ਵੈਨ ਆਲ ਦੀ ਲੈਟਰਸ ਆਰ ਨਾਟ ਅਵੇਲੇਬਲ। ਇਹਦਾ ਮਤਲਬ ਸਮਝੋ, ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਕੁਐਸਚਨ ਪੜ੍ਹ ਕੇ ਤਾਂ ਪਤਾ ਚੱਲਦਾ ਪੈਣਾ ਨੰਬਰ ਕੋਡਿੰਗ ਦਾ ਕੁਐਸਚਨ ਹੈ, ਕਿੱਥੋਂ ਪਤਾ ਚੱਲਦਾ ਕਿਉਂਕਿ ਇਹ 'ਚ ਨੰਬਰ ਦਿੱਤੇ ਹੋਏ ਆ, ਠੀਕ ਹੈ। ਇੰਨਾ ਪਤਾ ਕਰਨ ਤੋਂ ਬਾਅਦ ਕਿ ਕੁਐਸਚਨ ਨੰਬਰ ਕੋਡਿੰਗ ਦਾ, ਦੂਜੀ ਜਿਹੜੀ ਚੀਜ਼ ਤੁਸੀਂ ਪਤਾ ਕਰਨੀ ਹੈ ਕਿ ਉਹ ਫਸਟ ਕੈਟੇਗਰੀ ਦਾ ਕੁਐਸਚਨ ਹੈ ਕਿ ਸੈਕਿੰਡ ਕੈਟੇਗਰੀ ਦਾ, ਉਹਨੂੰ ਪਤਾ ਕਰਨ ਦਾ ਤਰੀਕਾ ਕੀ ਹੈ, ਤੁਹਾਨੂੰ ਕੀ ਕੋਡ ਕਰਨ ਨੂੰ ਕਿਹਾ ਉਹਨੇ, 12। 12 ਦੇ ਵਿੱਚ ਕਿਹੜੇ ਕਿਹੜੇ ਐਲਫਾਬੈਟ ਯੂਜ਼ ਹੋ ਰਹੇ ਆ, ਪੀ ਡਬਲਯੂ ਈ ਐਲ ਤੇ ਵੀ, ਆਹੀ ਹੋ ਰਹੇ, ਬਾਕੀ ਵੀ ਤਾਂ ਰਿਪੀਟ ਹੈ ਨਾ, ਈ ਤਾਂ ਰਿਪੀਟ ਹੈ। ਹੁਣ ਦੇਖੋ ਜਿਹੜੇ ਟੀ ਡਬਲਯੂ ਈ ਐਲ ਵੀ ਹੈ, ਜੋ ਤੁਹਾਨੂੰ ਗਿਵਨ ਡੇਟਾ ਉਹ ਸਾਰੇ ਜੋ ਮਿਲ ਰਹੇ, ਦੇਖੋ ਟੀ ਵੀ ਤੁਹਾਨੂੰ ਮਿਲ ਰਿਹਾ ਇਹਦੇ 'ਚ, ਡਬਲਯੂ ਵੀ ਮਿਲ ਰਿਹਾ, ਈ ਵੀ ਮਿਲ ਰਿਹਾ, ਐਲ ਤੁਹਾਨੂੰ ਇੱਥੋਂ ਮਿਲ ਰਿਹਾ, ਔਰ ਵੀ ਵੀ ਤੁਹਾਨੂੰ ਇੱਥੋਂ ਮਿਲ ਰਿਹਾ, ਮਤਲਬ ਸਾਰੇ ਦੇ ਸਾਰੇ ਤੁਹਾਨੂੰ ਮਿਲ ਗਏ ਲੈਟਰ, ਮਿਲ ਗਏ ਗਿਵਨ 'ਚੋਂ। ਹਾਂਜੀ ਸਰ, ਜਦੋਂ ਮਿਲ ਜਾਣ ਮਤਲਬ ਇਹ ਕੁਐਸਚਨ ਬਹੁਤ ਸੌਖਾ, ਸੌਖੇ ਦਾ ਮਤਲਬ ਇਹ ਕਿ ਇਹ ਡਾਇਰੈਕਟ ਕੁਐਸਚਨ ਹੈ। ਡਾਇਰੈਕਟ ਮਤਲਬ ਕੀ, ਦੇਖੋ ਟੀ ਨੂੰ ਉਹਨੇ ਕੀ ਲਿਖਿਆ ਹੋਇਆ, 8, ਠੀਕ ਹੈ। ਡਬਲਯੂ ਨੂੰ ਕੀ ਲਿਖਿਆ ਹੋਇਆ, 6, ਈ ਨੂੰ ਕੀ ਲਿਖਿਆ ਹੋਇਆ, 3, ਐਲ ਨੂੰ ਕੀ ਲਿਖਿਆ, ਐਲ ਨੂੰ 2, ਐਲ ਨੂੰ ਲਿਖਿਆ 2, ਵੀ ਨੂੰ ਕੀ ਲਿਖਿਆ, 0, 0, ਬਸ ਉਹ 12 ਦੀ ਕੋਡਿੰਗ ਕਰਦੇ ਹੋ। 12 ਦਾ ਕਿੱਦਾਂ ਬਣੇਗਾ, 8, 6, 3, 2, 0, 0 ਤੇ 3 ਬਣ ਗਿਆ ਆਨਸਰ। ਆਪਸ਼ਨ
ਆਇਆ ਸਮਝ? ਇਹ ਉਹ ਜਦੋਂ ਤੁਹਾਨੂੰ ਕੁਐਸਚਨ ਦੇ ਵਿੱਚੋਂ ਹੀ ਮਿਲ ਜਾਂਦਾ, ਮਤਲਬ ਜਿਹੜਾ ਤੁਸੀਂ ਆਨਸਰ ਕੱਢਣਾ, ਜਿਹਨੂੰ ਤੁਸੀਂ ਕੋਡ ਕਰਨਾ, ਉਹ ਸਾਰੇ ਦੇ ਸਾਰੇ ਲੈਟਰਸ ਅਵੇਲੇਬਲ ਹੋਣੇ ਚਾਹੀਦੇ ਆ ਗਿਵਨ ਕੁਐਸਚਨ ਦੇ ਵਿੱਚ। ਆਇਆ ਸਮਝ? ਆਇਆ ਸਮਝ? ਯੈਸ ਸਰ, ਜੀ ਸਰ। ਕੋਈ ਡਾਊਟ ਇਸ ਕੁਐਸਚਨ 'ਚ? ਇੱਕ ਕੁਐਸਚਨ ਇੱਦਾਂ ਦਾ ਆਏਗਾ, ਇੱਕ ਕੁਐਸਚਨ ਇੱਦਾਂ ਦਾ ਆਏਗਾ ਜਦੋਂ ਸਾਰੇ ਤੁਹਾਨੂੰ ਲੈਟਰ ਨਹੀਂ ਮਿਲਣਗੇ, ਉਹਦਾ ਕੋਡਿੰਗ ਅਲੱਗ ਹੈ, ਉਹਨੂੰ ਕਿੱਦਾਂ ਕਰਦੇ ਹੋ, ਸਾਡੀ ਦੂਜੀ ਟਾਈਪ ਹੈ। ਪਹਿਲਾਂ ਦੱਸੋ, ਪਹਿਲੀ ਟਾਈਪ 'ਚ ਤਾਂ ਕੋਈ ਪ੍ਰੋਬਲਮ ਨਹੀਂ? ਨੋ ਸਰ। ਅਗਰ ਨਹੀਂ ਹੈ ਤੇ ਆਹ ਵਾਲਾ ਕੁਐਸਚਨ ਕਰਕੇ ਦਿਖਾਓ ਮੈਨੂੰ ਫਟਾਫਟ। ਸਰ ਬੀ ਆਪਸ਼ਨ, ਬੀ ਆਪਸ਼ਨ ਸਰ, ਬੀ ਆਪਸ਼ਨ ਜੀ ਸਰ, ਆਪਸ਼ਨ ਬੀ ਸਰ, ਬੀ ਬੀ ਪੱਕੀ ਗੱਲ ਹੈ? ਯੈਸ ਸਰ। ਦੇਖੋ ਕਿਹੜੀ ਟਾਈਪ ਦਾ ਕੁਐਸਚਨ ਹੈ, ਪਹਿਲੀ ਟਾਈਪ ਹੀ ਹੈ, ਤੁਹਾਨੂੰ ਸਾਰੇ ਸਾਰੇ ਅਲਫਾਬੈਟ ਮਿਲ ਰਹੇ ਹੈ, ਕੁਐਸਚਨ ਜੀ ਚਾਹੀਦਾ, ਆਰ ਚਾਹੀਦਾ, ਈ ਤੇ ਸੀ, ਜੀ ਵੀ ਮਿਲ ਜਾਏਗਾ, ਆਰ ਵੀ ਮਿਲ ਜਾਏਗਾ, ਈ ਤੇ ਸਾਰੇ ਮਿਲ ਰਹੇ ਹੈ, ਤੇ ਜੀ ਦਾ ਕੋਡ ਸਿੱਧਾ ਸਿੱਧਾ ਹੈਗਾ 3, ਠੀਕ ਹੈ, ਆਰ ਦਾ ਕੋਡ ਸਿੱਧਾ ਸਿੱਧਾ ਆਪਣੇ ਕੋਲ 8 ਹੈ, ਮਤਲਬ 3-8 ਤੋਂ ਸ਼ੁਰੂ ਹੈਗਾ, ਬਾਕੀ ਦੇਖਣ ਦੀ ਲੋੜ ਹੀ ਨਹੀਂ ਹੈ, ਪਰ ਇੱਕੋ ਹੀ ਆਪਸ਼ਨ ਹੈ ਜਿਹੜਾ 3-8 ਤੋਂ ਸ਼ੁਰੂ ਹੋ ਰਿਹਾ, ਬਾਕੀ ਸਾਰੇ ਹੀ ਗਲਤ, 3 ਤੋਂ ਹੀ ਪਤਾ ਲੱਗ ਜਾਣਾ ਸੀ। ਲੱਗ ਗਿਆ ਪਤਾ? ਕੋਈ ਡਾਊਟ ਹੈ ਸਰ? ਨੋ ਸਰ। ਯਾਰ ਸਭ ਨੂੰ ਚਲੋ ਅੱਗੇ ਚੱਲਦੇ ਹਾਂ। ਹੁਣ ਆਹ ਸੈਕਿੰਡ ਕੈਟੇਗਰੀ ਵਾਲਾ ਕੁਐਸਚਨ ਹੈ, ਦੇਖੋ ਹੁਣ ਤੁਹਾਨੂੰ ਚਾਹੀਦਾ ਪਰਲ, ਵੀ ਪਰਲ ਜਾ ਰਿਹਾ ਪੀ, ਪੀ ਹੈ ਨਹੀਂ ਲੌਜਿਕ 'ਚ, ਇਹਦਾ ਮਤਲਬ ਇੱਥੇ ਸਾਰੇ ਲੈਟਰ ਅਵੇਲੇਬਲ ਨਹੀਂ ਹੈ, ਇਹਦਾ ਮਤਲਬ ਇਹ ਵਾਲੀ ਜਿਹੜੀ ਕੋਡਿੰਗ ਹੈ ਉਹ ਪੋਜੀਸ਼ਨਿੰਗ ਵਾਲੀ ਕੋਡਿੰਗ ਹੈ, ਹੁਣ ਸਾਨੂੰ ਫਿਰ ਉਹ ਲਿਖਣੇ ਪੈਣੇ ਹੈ ਕਿ ਕਿਹੜਾ ਨੰਬਰ ਕਿਹੜੀ ਪੋਜੀਸ਼ਨ 'ਤੇ ਆਉਂਦਾ ਹੈ। ਇੱਕ ਵਾਰੀ ਸਾਰੇ ਲਿਖ ਲੈਂਦੇ ਹਾਂ, ਸਮਝਣਾ ਸੌਖਾ ਰਹੇਗਾ ਇਹਨੂੰ। ਇਹ ਪਹਿਲੇ ਤੇ, ਦੂਜਾ, ਤੀਸਰਾ, ਚੌਥਾ, ਇਹ ਤੁਸੀਂ ਚੀਜ਼ ਹਮੇਸ਼ਾ ਲਿਖਣੀ ਹੈ ਜਦੋਂ ਵੀ ਪੇਪਰ ਸਟਾਰਟ ਕਰਨਾ, ਜਿਹੜਾ ਪਹਿਲਾਂ ਟਾਈਮ ਮਿਲਦਾ ਨਾ ਥੋੜ੍ਹਾ, ਉਹਦੇ 'ਚ ਪਹਿਲੇ ਕਿਸੇ ਰਫ ਸ਼ੀਟ 'ਤੇ ਲਿਖ ਕੇ ਰੱਖ ਲੈਣੀ, ਬੜੇ ਕੁਐਸਚਨ 'ਚ ਕੰਮ ਆਉਣੀ ਹੈ। ਓਕੇ ਸਰ। ਉਲਟੀ ਵੀ ਲਿਖ ਕੇ ਰੱਖ ਲੈਣੀ ਹੈ ਬੈਕ ਸਾਈਡ ਤੋਂ, ਇਸ ਤਰ੍ਹਾਂ ਆਹੀ ਪੈਟਰਨ 'ਚ ਲਿਖਿਓ, ਤੁਹਾਨੂੰ ਬਹੁਤ ਸੌਖਾ ਲੱਗੇਗਾ। ਠੀਕ ਹੈ, ਆਪਾਂ ਸਾਰੇ ਲਿਖ ਚੁੱਕੇ ਹਾਂ। ਹੁਣ ਆਪਣੇ ਕੋਲ ਕੁਐਸਚਨ ਹੈ ਲੌਜਿਕ, ਲੌਜਿਕ ਨੂੰ ਕੋਡ ਕੀਤਾ ਗਿਆ, ਕੀ ਕੋਡ ਕੀਤਾ ਗਿਆ? ਨੰਬਰ ਤਾਂ ਬਹੁਤ ਜ਼ਿਆਦਾ, 15, 12, 20, 18, 24, ਠੀਕ ਹੈ, ਤੇ ਆਪਾਂ ਨੂੰ ਕੋਡ ਕਰਨਾ ਪਰਲ, ਠੀਕ ਹੈ। ਹੁਣ ਦੇਖੋ ਸਿੰਪਲ ਜਿਹਾ ਹੀ ਕੁਐਸਚਨ ਹੈ, ਨੰਬਰ ਕੋਡਿੰਗ ਦੇ ਵਿੱਚ ਤਾਂ ਪਹਿਲੀ ਟਾਈਪ ਦਾ ਕੁਐਸਚਨ ਨਹੀਂ ਹੋਇਆ,
ਤੇ ਦੂਜੀ ਟਾਈਪ ਦਾ ਇਹਦਾ ਮਤਲਬ ਉਹਨੇ ਇੱਕੋ ਹੀ ਉਹਦੇ ਕੋਲ ਆਪਸ਼ਨ ਹੈ ਕਿ ਜੋ ਉਹਦੀ ਪੋਜੀਸ਼ਨ ਹੈ ਨਾ ਕਿਸੇ ਅਲਫਾਬੈਟ ਦੀ ਉਹਦੇ ਅਕੋਰਡਿੰਗ ਕੋਡ ਕੀਤਾ ਗਿਆ ਹੋਏਗਾ। ਹੁਣ ਦੇਖੋ ਐਲ ਦੀ ਪੋਜੀਸ਼ਨ ਕੀ ਹੈ, ਐਲ ਦੀ ਪੋਜੀਸ਼ਨ ਜਾਂ ਤਾਂ 12 ਹੁੰਦੀ ਹੈ ਜਾਂ 15 15 ਵੀ ਹੁੰਦੀ ਹੈ, ਦੂਜੇ ਐਂਡ ਤੋਂ ਵੀ ਹੋ ਸਕਦੀ ਹੈ। ਇਹਦਾ ਮਤਲਬ ਆਪਾਂ ਰਿਵਰਸ ਵਾਲੀ ਲੈ ਕੇ ਚੱਲੀਏ ਤੇ ਸ਼ਾਇਦ ਐਲ ਨੂੰ ਉਹਨੇ 15 ਲਿਖਿਆ, ਠੀਕ ਹੈ। ਉਹਦੀ ਦੇਖੋ ਪੋਜੀਸ਼ਨ ਕੀ ਹੈ, ਜੇ ਆਪਾਂ ਇਹ ਵਾਲੀ ਬੈਕ ਐਂਡ ਤੋਂ ਲਈ ਹੈ 15 ਤੇ ਉਹਦੀ ਵੀ ਬੈਕ ਐਂਡ ਤੋਂ ਕਿੰਨੀ ਬਣ ਰਹੀ ਹੈ 12, ਠੀਕ ਹੈ, ਜਸਟੀਫਾਈਡ ਹੈ। ਜੀ ਨੂੰ ਕੀ, ਜੀ ਦੀ ਬੈਕ ਐਂਡ ਤੋਂ ਕੀ ਹੈ ਪੋਜੀਸ਼ਨ 20, ਲੱਗ ਗਿਆ ਕੀ ਪੈਟਰਨ ਹੈ, ਪਤਾ ਲੱਗ ਗਿਆ ਪੈਟਰਨ ਕੀ ਹੈ। ਯੈਸ ਸਰ, ਹਾਂਜੀ ਸਰ, ਬੀ ਆਪਸ਼ਨ, ਠੀਕ ਹੈ। ਇਹਦਾ ਮਤਲਬ ਆਪਾਂ ਹੁਣ ਪਰਲ ਵਾਸਤੇ ਪੀ ਦਾ ਬੈਕ ਐਂਡ ਤੋਂ ਕਿੰਨਾ ਨੰਬਰ ਹੈ 11, ਮਤਲਬ ਆਨਸਰ ਕਿੱਥੋਂ ਸਟਾਰਟ ਹੋਏਗਾ 11, 11 ਸਾਰੇ 11 ਤੋਂ ਹੈ। ਅੱਗੇ ਚਲੋ, ਈ, ਈ ਦਾ ਕੀ ਨੰਬਰ ਹੈ 22, 22 ਨਹੀਂ, ਏ ਵੀ ਹੋ ਸਕਦਾ ਹੈ, ਏ ਏ ਆਪਸ਼ਨ ਹੈ ਸਰ, ਦੋਨੋਂ ਏ ਆਪਸ਼ਨ ਹੈ ਸਰ, ਹੱਲੇ ਤੱਕ ਦੋਨੋਂ ਹੋ ਸਕਦੇ। ਏ ਦੀ ਪੋਜੀਸ਼ਨ ਹੈ 26, 26 ਏ ਤੇ ਸੀ ਹੱਲੇ ਵੀ ਮੈਚ ਕਰ ਰਹੇ ਆ। ਆਰ ਦੀ ਪੋਜੀਸ਼ਨ ਕਿੰਨੀ ਹੈ 9, ਕੱਲਾ 9 ਬਸ ਹੈ, ਏ ਹੋ ਗਿਆ ਸਹੀ ਕਿਉਂਕਿ ਉਹ ਦੂਜੇ ਤੇ 7 ਹੈ। ਆਇਆ ਸਮਝ? ਹਾਂਜੀ ਸਰ। ਡਾਊਟ, ਡਾਊਟ ਕੋਈ? ਚਲੋ ਠੀਕ ਹੈ, ਨੈਕਸਟ ਵਾਲਾ ਟਰਾਈ ਕਰੋ ਫਿਰ, ਜ਼ਰਾ ਆ ਕਰੋ। ਠੀਕ ਹੈ ਜੈਸਮਿਨ, ਮਿਲ ਗਿਆ। ਹੋ ਗਿਆ, ਮਿਲਿਆ ਕਿਸੇ ਨੂੰ ਆਨਸਰ? ਬੀ ਆਪਸ਼ਨ, ਬੀ ਆਪਸ਼ਨ, ਸ਼ੋਰ, ਚਲੋ ਟਰਾਈ ਕਰਦੇ ਹਾਂ ਇਹਨੂੰ ਵੀ। ਐਪਲ ਇਜ਼ ਰਿਟਨ ਐਸ 2499132 0, ਅਗਰ ਆਪਾਂ ਇਹਦੀ ਕੋਡਿੰਗ ਦੇਖੀਏ ਤੇ ਇਹਦੀ ਕੋਡਿੰਗ ਕੀਤੀ ਗਈ ਹੈ 2499 1, ਇੱਕੋ ਹੀ ਆਪਸ਼ਨ ਹੈ ਆਪਣੇ ਕੋਲ, ਪਹਿਲਾ ਹੀ ਏ ਹੈ। ਏ ਦੀ ਪੋਜੀਸ਼ਨ ਕੀ ਹੁੰਦੀ ਹੈ ਫਸਟ, ਹੋ ਸਕਦਾ ਵੀ ਉਹਦਾ ਡਬਲ ਕੀਤਾ ਹੋਇਆ, ਉਹਨੂੰ 2 ਲਿਖਿਆ ਹੋਇਆ, ਪੋਸੀਬਿਲਿਟੀ ਹੈ ਕਿ ਏ ਦੀ ਪੋਜੀਸ਼ਨ ਹੁੰਦੀ ਹੈ, ਹੋ ਸਕਦਾ ਉਹਨੂੰ ਮਲਟੀਪਲਾਈ 2 ਕਰਕੇ 2 ਲਿਖਿਆ ਹੋਇਆ, ਮਾਈਨਸ 2 ਲਿਖ ਰਿਹਾ। ਅਗਰ ਆਪਾਂ ਇੱਕ ਪੋਸੀਬਿਲਿਟੀ ਲੈ ਕੇ ਚੱਲਦੇ ਤੇ ਪੀ ਦਾ ਕਿੰਨਾ ਨੰਬਰ ਹੁੰਦਾ ਹੈ, ਪਿਛਲੇ ਕੁਐਸਚਨ ਪਿਛਲੇ ਚ ਕੀਤਾ ਸੀ ਅਸੀਂ, ਦੇਖੋ ਪੀ ਦੀ ਪੋਜੀਸ਼ਨ ਕਿੰਨੀ ਹੈ 11, 11 ਅਗਰ ਉਹ 11 ਹੈ ਤਾਂ ਮਤਲਬ ਸੇਮ ਕੋਡਿੰਗ ਇਹ ਚ ਵੀ ਲੱਗਣੀ ਚਾਹੀਦੀ ਹੈ ਤੇ ਪੀ ਦਾ ਆਣਾ ਚਾਹੀਦਾ ਸੀ 22, ਪਰ ਅੱਗੇ ਸਾਨੂੰ ਕੋਈ 22 ਤਾਂ ਨਜ਼ਰ ਨਹੀਂ ਆ ਰਿਹਾ, 49 ਆ ਰਿਹਾ, ਇਹ ਤਾਂ ਮਤਲਬ ਆ ਗਲਤ ਆ। ਅੱਛਾ, ਹੁਣ ਏ ਦੀ ਪੋਜੀਸ਼ਨ ਬੈਕ ਐਂਡ ਤੋਂ ਕਿੰਨੀ ਹੁੰਦੀ ਹੈ 26, 26 ਹੁਣ 26 ਹੈ ਤਾਂ ਆਪਾਂ ਮੰਨ ਕੇ ਚੱਲਦੇ ਹਾਂ 24 ਲਿਖਿਆ ਉਹਨੇ, ਤਾਂ ਮਤਲਬ ਉਹਨੇ ਮਾਈਨਸ 2 ਕੀਤਾ ਹੋਇਆ, ਮਾਈਨਸ 2 ਕੀਤਾ, ਹਾਂਜੀ ਹੈਨਾ। ਪੀ ਦੀ ਪੋਜੀਸ਼ਨ ਬੈਕ ਐਂਡ ਤੋਂ ਕਿੰਨੀ ਹੁੰਦੀ ਹੈ 11 ਸਰ, 11 ਸਰ, 11 ਜੇ ਵੀ ਅਗਰ ਆਪਾਂ ਲਗਾਈਏ ਮਾਈਨਸ 2 9 ਮੈਚ ਕਰਦਾ ਪਿਆ ਹਲੇ ਤੱਕ, 24 9, ਅਗਲਾ ਵੀ ਪੀ ਹੈ ਉਹਦਾ ਵੀ 9 ਲੱਗ ਗਿਆ। ਐਲ ਦੀ ਪੋਜੀਸ਼ਨ 15 ਹੁੰਦੀ ਹੈ
ਹਾਂਜੀ ਸਰ ਉਹਚੋਂ ਮਾਈਨਸ 2 ਕਰਾਂਗੇ 13 ਮਤਲਬ ਲੱਗ ਗਿਆ ਪੈਟਰਨ ਪਤਾ ਕਿ ਉਹਨੇ ਬੈਕ ਐਂਡ ਤੋਂ ਨੰਬਰ ਲੈ ਕੇ ਮਾਈਨਸ 2 ਕੀਤਾ ਠੀਕ ਹੈ ਮਤਲਬ ਸੇਮ ਕੋਡਿੰਗ ਅਸੀਂ ਕਿੱਥੇ ਲਗਾਣੀ ਹੈ ਲਵਲੀ ਦੇ ਤੇ ਐਲ ਦਾ ਆਪਾਂ ਹੁਣੇ ਪਤਾ ਕੀਤਾ 13 ਆਣਾ ਚਾਹੀਦਾ ਮਤਲਬ ਇੱਥੇ ਵੀ 13 ਆਏਗਾ ਆਨਸਰ ਤੁਹਾਡਾ 13 ਤੋਂ ਸ਼ੁਰੂ ਹੋਣਾ ਹਾਂਜੀ ਸਰ ਆਨਸਰ 13 ਤੋਂ ਇੱਥੇ ਵੀ 13 ਲਾ ਦੋ ਇੱਕ ਆ ਵੀ ਐਲ ਹੈ ਇੱਥੇ ਵੀ 13 ਲਗਾ ਦੋ ਕਿਹੜਾ ਆਪਸ਼ਨ ਮੈਚ ਕਰਦਾ ਹਲੇ ਤੱਕ ਤਾਂ ਸਾਰੇ ਹੀ ਲੱਗਦੇ ਆ ਉਹਦੀ ਪੋਜੀਸ਼ਨ ਕਿੰਨੀ ਹੈ ਬੈਕ ਐਂਡ ਤੋਂ ਦੇਖੋ 12 12 ਚੋਂ 2 ਮਾਈਨਸ ਕਰਾਂਗੇ 10 ਮਤਲਬ 13 10 ਵਾਲਾ ਆਨਸਰ ਹੋਣਾ ਚਾਹੀਦਾ ਸਾਰੇ ਹੀ 13 10 ਹੈ ਬੀ ਦੀ ਪੋਜੀਸ਼ਨ ਕਿੰਨੀ ਹੈ ਦੇਖੋ ਬੈਕ ਐਂਡ ਤੋਂ 5 ਸਰ 5 3 ਆਏਗਾ ਇਹਦਾ ਮਤਲਬ ਆ ਆਪਸ਼ਨ ਆਪਣਾ ਗਲਤ ਹੋ ਗਿਆ ਆ ਆਪਸ਼ਨ ਵੀ ਗਲਤ ਹੋ ਗਿਆ ਤੇ ਆ ਆਪਸ਼ਨ ਵੀ ਗਲਤ ਹੋ ਗਿਆ ਬੀ ਬਚਿਆ ਬਸ ਆਪਸ਼ਨ ਬੀ ਕਰੈਕਟ ਆਨਸਰ ਹੈ ਆਇਆ ਸਮਝ ਜੀ ਸਰ ਹਾਂਜੀ ਸਰ ਦੱਸੋ ਅਗਰ ਕਿਸੇ ਨੂੰ ਪਹਿਲਾਂ ਕੋਈ ਡਾਊਟ ਹੈ ਆਪਾਂ ਤਾਂ ਹੀ ਅਗਲੇ ਕੁਐਸਚਨ ਤੇ ਚੱਲੀਏ ਨੰਬਰ ਕੋਡਿੰਗ ਆਸਾਨ ਹੈ ਮੈਂ ਤੁਹਾਨੂੰ ਉਸ ਦਿਨ ਹੀ ਦੱਸਿਆ ਸੀ ਇਹ ਅਲਫਾਬੈਟ ਵਾਲੇ ਚ ਪੈਟਰਨ ਜ਼ਿਆਦਾ ਹੁੰਦੇ ਦੇ ਚ ਆਪਣੇ ਕੋਲ ਲਿਮਿਟਿਡ ਪੈਟਰਨ ਹੈ ਠੀਕ ਹੈ ਚਲੋ ਇੱਕ ਕੁਐਸਚਨ ਹੋਰ ਕਰੋ ਆ ਵਾਲਾ ਇੱਕ ਹੋਰ ਤਰ੍ਹਾਂ ਦਾ ਨੰਬਰ ਕੋਡਿੰਗ ਦਾ ਕੁਐਸਚਨ ਹੈ ਉਹਨਾਂ ਨੇ ਜ਼ੈਡ ਨੂੰ 52 ਲਿਖਿਆ ਪਰ ਜ਼ੈਡ ਕਿੰਨਾ ਹੁੰਦਾ ਪੋਜੀਸ਼ਨ ਜ਼ੈਡ ਦੀ ਕਿੰਨੀ ਹੁੰਦੀ ਹੈ 26 ਹੁੰਦੀ ਹੈ ਮਤਲਬ ਉਹਦਾ ਡਬਲ ਕੀਤਾ ਲੱਗਦਾ ਹੈ ਬਣ ਗਿਆ 52 ਇਹਦਾ ਮਤਲਬ ਏ ਸੀ ਟੀ ਏ ਦੀ ਪੋਜੀਸ਼ਨ ਕਿੰਨੀ ਹੈ 1 ਸੀ ਦੀ ਕਿੰਨੀ ਹੁੰਦੀ ਹੈ 3 ਟੀ ਦੀ ਕਿੰਨੀ ਹੁੰਦੀ ਹੈ 20 ਸਾਰਿਆਂ ਦਾ ਡਬਲ ਕਰੋ ਸਾਰਿਆਂ ਦਾ ਡਬਲ ਕਰੋ ਇਹਦਾ 2 ਹੈ 6 ਤੇ 40 ਬਣ ਰਿਹਾ ਟੋਟਲ 48 ਹਾਂਜੀ ਸਰ ਮਤਲਬ ਆਹੀ ਕੋਡਿੰਗ ਹੈ ਇਸੇ ਚ ਮਤਲਬ ਉਹਦੀ ਪੋਜੀਸ਼ਨ ਨੂੰ ਮਲਟੀਪਲਾਈ ਬਾਈ 2 ਕੀਤਾ ਹੈ ਸਿਮਿਲਰਲੀ ਬੈਟ ਦਾ ਕਰੋ ਹੁਣ ਇਹਦੀ ਪੋਜੀਸ਼ਨ ਹੁੰਦੀ ਹੈ 2 ਇਹਦੀ 1 ਹੁੰਦੀ ਹੈ ਇਹਦੀ ਟੋਟਲ ਬਣਿਆ ਕਿੰਨਾ 46 ਆਇਆ ਸਮਝ ਹਾਂਜੀ ਸਰ ਕੋਈ ਡਾਊਟ ਬੋਲੋ ਕਿਸੇ ਨੂੰ ਵੀ ਕੋਈ ਡਾਊਟ ਹੈਗਾ ਤੇ ਪੁੱਛ ਲਓ ਯਾਰ ਨੋ ਸਰ ਆ ਗਿਆ ਸਮਝ ਠੀਕ ਹੈ ਪਰ ਇਹਦੀ ਤੁਹਾਨੂੰ ਪ੍ਰੈਕਟਿਸ ਜ਼ਰੂਰ ਕਰਨੀ ਪੈਣੀ ਹੈ ਪ੍ਰੈਕਟਿਸ ਕਿੱਥੋਂ ਕਰ ਰਹੇ ਹੋ ਤੁਸੀਂ ਸਰ ਬੁੱਕ ਹੈ ਨਹੀਂ ਤਾਂ ਜਿਹੜੇ ਪ੍ਰੈਕਟਿਸ ਸੈਟ ਪਾਏ ਹੋਏ ਆ ਉਸ ਵਿੱਚੋਂ ਬੁੱਕ ਕਿਹੜੀ ਫੋਲੋ ਕਰਦੇ ਹੋ ਜੁਆਇੰਟ ਐਗਜ਼ਾਮ ਵਾਲੀ ਹੀ ਹੈ ਸਾਰੀ ਯੂਨੀਵਰਸਿਟੀਆਂ ਦੇ ਲਈ ਹਾਂ ਹਾਂ ਉਹੀ ਕਰਦੇ ਪਏ ਹੋ ਨਾ ਹਾਂਜੀ ਸਰ ਹਾਂਜੀ ਜਿੰਨੇ ਵੀ ਕੋਡਿੰਗ ਡੀਕੋਡਿੰਗ ਵਾਲੇ ਕੁਐਸਚਨ ਹੈ ਨਾ ਉਹ ਸਾਰੇ ਟਰਾਈ ਕਰੋ ਐਲਫਾਬੈਟ ਤੇ ਨੰਬਰ ਵਾਲੇ ਐਂਡ ਮੋਸਟ ਇੰਪੋਰਟੈਂਟਲੀ ਉਹ ਚੋਂ ਜਿਹੜਾ ਕੁਐਸਚਨ ਨਹੀਂ ਹੁੰਦਾ ਨਾ ਹਾਂਜੀ ਸਰ ਆਈ ਥਿੰਕ ਮੈਨੂੰ ਐਡ ਕੀਤਾ ਹੁਣੇ ਸਰ ਨੇ ਉਹ ਗਰੁੱਪ 'ਚ ਫੋਟੋ ਪਾ ਦਿਓ ਜਿਹੜਾ ਕੁਐਸਚਨ ਠੀਕ ਹੈ ਸਰ ਉਹ ਫਿਰ ਅਸੀਂ ਲਾਸਟ ਡਿਸਕਸ ਕਰਿਆ ਕਰਾਂਗੇ ਇਹ 'ਚ ਕਿਹੜੀ ਕੋਡਿੰਗ ਲੱਗੀ ਹੈ ਠੀਕ ਹੈ ਸਰ ਠੀਕ ਹੈ ਇਹ ਸਾਰਿਆਂ ਨੇ ਕਰਨਾ ਜਿਹੜਾ ਜਿਹਨੂੰ ਸਰ ਪ੍ਰੈਕਟਿਸ ਸ਼ੀਟਸ ਭੇਜ ਦਿਓ ਤੁਸੀਂ ਗਰੁੱਪ 'ਚ ਮੈਂ ਇੱਕ ਨਾ ਤੁਹਾਨੂੰ ਸ਼ੀਟ ਭੇਜ ਰਿਹਾ ਵੇਟ ਕਰੋ ਜ਼ਰਾ ਇੱਕ ਸੈਕਿੰਡ ਲਈ ਵੇਟ ਕਰੋ ਮੇਰੇ ਕੋਲ ਇੱਕ ਸ਼ੀਟ ਪਈ ਹੈ ਮੈਂ ਭੇਜਦਾ ਜ਼ਰਾ ਹੋਲਡ ਕਰਿਓ
ਦੇਖੋ ਭੇਜੀ ਆ ਮੈਂ ਗਰੁੱਪ ਚ ਇੱਕ ਸਰ ਵਟਸਐਪ ਵਾਲੇ ਗਰੁੱਪ ਵਿੱਚ ਕਹਿ ਰਹੇ ਹੋ ਹਾਂਜੀ ਹਾਂਜੀ ਸੋ ਹਲੇ ਤੱਕ ਤਾਂ ਨਹੀਂ ਆਈ ਵਟਸਐਪ ਵਾਲੇ ਵਿੱਚ ਸਰ ਇੱਕ ਹੋਰ ਲਰਨ ਟੂ ਐਕਚੁਅਲਾਈਜ਼ ਵਾਲੇ ਚ ਮੈਂ ਭੇਜੀ ਹੈ ਬੱਚਿਆਂ ਨੂੰ ਫਾਰਵਰਡ ਕਰ ਦਿਓਗੇ ਅੱਗੇ ਤੁਹਾਨੂੰ ਸਰ ਕਰ ਦੇਣਗੇ ਮੈਂ ਉਹਨਾਂ ਦੇ ਗਰੁੱਪ ਚ ਪਾਈ ਹੈ ਉਹ ਤੁਹਾਨੂੰ ਅੱਗੇ ਫਾਰਵਰਡ ਕਰ ਦੇਣਗੇ ਉਹਨਾਂ ਦੇ ਨਾਲ ਹੋਏਗਾ ਤੁਹਾਡਾ ਗਰੁੱਪ ਨਾ ਠੀਕ ਹੈ ਮੈਂ ਉਹਨਾਂ ਨੂੰ ਭੇਜ ਦਿੱਤੀ ਹੈ ਉਹ ਤੁਹਾਨੂੰ ਫਾਰਵਰਡ ਕਰ ਦੇਣਗੇ ਅੱਗੇ ਓਕੇ ਸਰ ਠੀਕ ਹੈ ਤੇ ਇਹ ਸਾਡੀ ਅੱਜ ਦੀ ਸੈਕਿੰਡ ਟਾਈਪ ਜਿਹੜੀ ਹੈ ਖਤਮ ਹੋ ਗਈ ਹੈ ਕੱਲ ਅਸੀਂ ਥਰਡ ਟਾਈਪ ਕਰਾਂਗੇ ਜਿਹਨੂੰ ਅਸੀਂ ਲੈਂਗੁਏਜ ਜਾਂ ਮਿਕਸਡ ਕੋਡਿੰਗ ਕਹਿੰਦੇ ਹਾਂ ਠੀਕ ਹੈ ਓਕੇ ਸਰ ਓਕੇ ਸਰ ਫਿਰ ਮੈਂ ਅਪਲੋਡ ਕਰਤੀ ਹੈ ਗਰੁੱਪ ਚ ਨਾ ਇੱਕ ਵਾਰੀ ਦੇਖ ਲਓ ਠੀਕ ਹੈ ਸਰ ਜੀ ਮਿਲ ਗਈ ਹੋਏਗੀ ਤੁਹਾਨੂੰ ਸਭ ਨੂੰ ਹਾਂਜੀ ਸਰ ਆ ਗਈ ਹਾਂਜੀ ਸਰ ਆ ਗਈ ਇਹ ਵਾਲੀ ਬੇਸਿਕ ਲੈਵਲ ਦੀ ਹੈ ਮਤਲਬ ਇੱਥੋਂ ਤੁਸੀਂ ਆਪਣਾ ਸਟਾਰਟ ਕਰ ਸਕਦੇ ਹੋ ਕੋਡਿੰਗ ਡੀਕੋਡਿੰਗ ਇਸ ਤੋਂ ਫਿਰ ਇਹਨੂੰ ਜੇ ਕੰਪਲੀਟ ਕਰ ਲਓ ਇਹ 10 ਕੁਐਸਚਨ ਹੈ ਜੇ ਤੁਹਾਡੇ ਕੋਲ 10 ਦੇ ਵਿੱਚੋਂ 10 ਹੋ ਜਾਣ ਨਾ ਇਹਦਾ ਮਤਲਬ ਤੁਹਾਡੀ ਬੇਸਿਕ ਪ੍ਰੈਪਰੇਸ਼ਨ ਇਹਦੀ ਸਹੀ ਹੈ ਉਸ ਤੋਂ ਬਾਅਦ ਇਹ ਥੋੜੀ ਹਾਈ ਲੈਵਲ ਦੀ ਭੇਜੂਗਾ ਠੀਕ ਹੈ ਮਤਲਬ ਭਾਵੇਂ ਇੱਕ ਦਿਨ ਚ 10 ਨਾ ਕਰੋ ਇੱਕ ਦਿਨ ਦੇ ਭਾਵੇਂ 3 ਕਰੋ ਲੇਕਿਨ ਮੇਕ ਸ਼ੋਰ ਕਿ ਕਦੀ ਕੋਡਿੰਗ ਡੀਕੋਡਿੰਗ ਬੰਦ ਨਹੀਂ ਹੋਣੀ ਚਾਹੀਦੀ ਉਹ ਸ਼ੁਰੂ ਜ਼ਰੂਰ ਹੋਈ ਹੈ ਲੇਕਿਨ ਜਦੋਂ ਤੱਕ ਪੇਪਰ ਨਹੀਂ ਹੋ ਜਾਂਦਾ ਰੋਜ਼ ਦੇ 2-3 ਕੁਐਸਚਨ ਕਰਨੇ ਆ ਕੁਐਸਚਨ ਮੈਂ ਭੇਜੀ ਜਾਊਂਗਾ ਜਿੰਨੇ ਮਰਜ਼ੀ ਮੰਗ ਲਓ ਕੋਈ ਚੱਕਰ ਨਹੀਂ ਹੈ ਸਰ ਇਹਦੇ ਲਈ ਕੋਈ ਪ੍ਰੋਪਰ ਬੁੱਕ ਵੀ ਆਉਂਦੀ ਹੈ ਮਤਲਬ ਅਗਰ ਸਟਾਰਟਿੰਗ ਤੋਂ ਜਿਵੇਂ ਸਿੱਖਣਾ ਹੈ ਨਹੀਂ ਜਿਹੜੀ ਸ਼ੀਟ ਭੇਜੀ ਹੈ ਬਿਲਕੁਲ ਸਟਾਰਟਿੰਗ ਵਾਲੀ ਹੈ ਬੇਸਿਕ ਤੋਂ ਸਟਾਰਟ ਕਰਦੇ ਹੋ ਮੈਂ ਲੈਵਲ ਦੇ ਹਿਸਾਬ ਨਾਲ ਹੀ ਭੇਜੀ ਹੈ ਕਿ ਪਹਿਲਾਂ ਆਪਾਂ ਜਿਹੜੇ